ਨਮਸਕਾਰ ਖਬਰਾਂ ਤੇ ਸਪਲਿਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪਹਿਲਾਂ ਪੇਸ਼ ਨਹੀਂ ਛੋੜਨੀਆ ਖਬਰਾਂ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਨੇ ਡਿਫਾਲਟਰ ਬੈਂਕਾਂ ਤੋਂ ਲੋਕਾਂ ਦਾ ਪੈਸਾ ਵਾਪਸ ਲਵਾਉਣ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਜ਼ਰੂਰੀ ਦੱਸਿਆ ਸ਼ਹਿਰੀ ਹਵਾਬਾਜ਼ੀ ਮੰਤ్రਾਲਾ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਭੀੜ ਨੂੰ ਘਟਾਉਣ ਲਈ ਲੁੜੀਂਦੇ ਕਦਮ ਚੁੱਕੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰاج ਸਿੰਘ ਠਾਕੁਰ ਅਨੁਸਾਰ ਮੋਦੀ ਸਰਕਾਰ ਦੀਆਂ ਸਖਤ ਨੀਤੀਆਂ ਨੇ ਆਤਵਾਦ ਨੂੰ ਠਲਪਾਈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਵੱਲੋਂ ਸੁਸ਼ਾਸਨ ਹਫਤਾ 2022 ਦੀ ਸ਼ੁਰੂਆਤ ਤੇ ਪੰਜਾਬ ਦੇ ਖਨਨ ਅਤੇ ਭੂ ਵਿਗਿਆਨ ਮੰਤਰੀ ਵੱਲੋਂ ਚੰਡੀਗੜ੍ਹ ਦੇ ਇਕੋ ਸਿਟੀ 2 ਵਿੱਚ ਰੇਤ ਅਤੇ ਬਜਰੀ ਦੇ ਪਹਿਲੇ ਸਰਕਾਰੀ ਵਿਕਰੀ ਕੇਂਦਰ ਦਾ ਉਦਘਾਟਨ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਨੇ ਕਿਹਾ ਕਿ ਡਿਫਾਲਟਰ ਬੈਂਕਾਂ ਤੋਂ ਲੋਕਾਂ ਦਾ ਪੈਸਾ ਵਾਪਸ ਦਿਵਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਬਹੁਤ ਜ਼ਰੂਰਤ ਹੈ ਖਜ਼ਾਨਾ ਮੰਤਰੀ ਨੇ ਲੋਕ ਸਭਾ ਵਿੱਚ ਇੱਕ ਪੂਰਕ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਿਹਾ ਕਿ ਅਜਿਹੇ ਬੈਂਕਾਂ ਦੀ ਜਾਇਦਾਦ ਦੀ ਕੁਲਕੀ ਦਾ ਹਿੱਸਾ ਸਰਕਾਰ ਚਾਹੇ ਵੀ ਖਾਤਾਧਾਰਕਾਂ ਨੂੰ ਭੁਗਤਾਨ ਲਈ ਨਹੀਂ ਦੇ ਸਕਦੀ ਕਿਉਂਕਿ ਅਦਾਲਤ ਤੋਂ ਇਜਾਜ਼ਤ ਨਹੀਂ ਮਿਲ ਪਾਉਂਦੀ ਕਜ਼ਾਨਾ ਮੰਤਰੀ ਨੇ ਮਹਾਰਾਸ਼ਟਰ ਵਿੱਚ ਪੀਐਮਸੀ ਬੈਂਕ ਮਾਮਲੇ ਦਾ ਜ਼ਿਕਰ ਕਰਦਿਆਂ ਕਿ ਹਾਂ ਕਿ ਬੈਂਕ ਦੀ ਕੁਰਕ ਕੀਤੀ ਗਈ ਜਾਇਦਾਦ ਦੇ ਹਿੱਸੇ ਨੂੰ ਵਕ ਕਰਨ ਲਈ ਅਦਾਲਤ ਤੋਂ ਇਜਾਜ਼ਤ ਨਹੀਂ ਮਿਲੀ ਸੀ। But if there are defaulters and whose assets, even if they are attached, requires a very complicated process through the court. Now, equally, the same asset is uh, uh, claimed by, let us say, an investigative agency, as much as claimed by the bank, and as much claimed by those who come in the waterfall mechanism as creditors. ਜਨਤਕ ਖੇਤਰ ਦੇ ਬੈਂਕਾਂ ਨੇ ਪਿਛਲੇ 5 ਮਾਲੀ ਵਰ੍ਹਿਆਂ ਦੌਰਾਨ ਵੱਟੇ ਖਾਤੇ ਵਿੱਚ ਪਾਈ ਗਈ ਕਰਜ਼ਿਆਂ ਵਿੱਚੋਂ 1 ਲੱਖ 3000 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਵੱਟੇ ਖਾਤੇ ਵਿੱਚ ਪਾਈ ਗਈ ਕਰਜ਼ਿਆਂ ਦੇ ਕਰਜ਼ਦਾਰਾਂ ਦੀ ਅਦਾਇਗੀ ਦੀ ਜ਼ਿੰਮੇਵਾਰੀ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਬੈਂਕ ਅਜਿਹਾ ਕਰਜ਼ਦਾਰਾਂ ਤੋਂ ਵਕਤ-ਵਕਤ ਤਰੀਕੇ ਨਾਲ ਬਕਾਇਆ ਦੀ ਵਸੂਲੀ ਕਰ ਰਹੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ 2018-19 ਦੇ ਬਾਅਦ ਤੋਂ 2000 ਰੁਪਏ ਦੇ ਨੋਟਾਂ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈਸ ਨੂੰ ਕੋਈ ਮੰਗ ਪੱਤਰ ਪ੍ਰਾਪਤ ਨਹੀਂ ਹੋਇਆ ਹੈ ਵਿਤਰਾਜ ਮੰਤਰੀ ਪੰਕਜ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੈਣ-ਦੇਣ ਦੀ ਮੰਗ ਨੂੰ ਪੂਰਾ ਕਰਨ ਲਈ ਰਿਜ਼ਰਵ ਬੈਂਕ ਦੇ ਮਸ਼ਵਰੇ ਨਾਲ ਸਰਕਾਰ ਵੱਲੋਂ ਵਿਸ਼ੇਸ਼ ਮੁੱਲ ਵਰਗ ਦੇ ਨੋਟਾਂ ਦੀ ਛਪਾਈ ਦਾ ਫੈਸਲਾ ਲਿਆ ਜਾਂਦਾ ਹੈ ਉਨਾ ਕਿਹਾ ਕਿ ਇਸ ਮਹੀਨੇ ਦੀ 2 ਤਰੀਕ ਤੱਕ 3192000 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਨੋਟ ਚੱਲ ਰਹੇ ਨੇ ਰਿਜ਼ਰਵ ਬੈਂਕ ਦੇ ਸੁਚਾਨਲ ਕੇਂਦਰ ਹਰੀਕਵਰੀ ਮੁਦ੍ਰਿਤ ਕੀਤੇ ਜਾਣ ਵਾਲੇ ਨੋਟਾਂ ਦੀ ਗਿਣਤੀ ਅਤੇ ਕੀਮਤ ਤੈਅ ਕਰਦਾ ਹੈ ਉਨਾ ਕਿਹਾ ਕਿ ਸਰਕਾਰ ਅਤੇ ਰਿਜ਼ਰਵ ਬੈਂਕ ਨੇ ਡਿਜੀਟਲ ਭੁਗਤਾਨ ਨੂੰ ਹੱਲਾਸ਼ੀਰੀ ਦੇ ਲਈ ਕਈ ਕਦਮ ਚੁੱਕੇ ਨੇ शहरी हवाबाजी बारे मंत्री ज्योतिरादित्य सिंधिया ने कहा कि देश में हवाई संपर्क को उत्साहित करने लिए अगले पांच वरिया हवाई अड्डिया वाटर एरोड्रोम और हैलीपोड की गिनती एक सौ पंताली तो सौ की जाएगी राज्यसभा में अज उन्होंने कहा कि दो हजार तेरह चौदह तक देश में सिर्फ चौहत्तर हवाई अड्डे सन पिछले अठ साल हवाई अड्डा वाटर एरोड्रोम और हैलीपोड की गिनती बद के एक सौ पंताली हो गई है उन्होंने कहा कि जहाज़ा का बेड़ा चार सौ तो वे सत्त सौ हो गया है ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਜਾਣਕਾਰੀ ਦਿੱਤੀ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਭੀੜ ਘਟ ਕਰਨ ਲਈ ਕਈ ਕਦਮ ਚੁੱਕੇ ਗਏ ਨੇ। ਉਹਨਾਂ ਕਿਹਾ ਕਿ ਹਵਾਈ ਅੱਡਾ ਸੰਚਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਵਿਅਸਤ ਘੰਟਿਆਂ ਦੌਰਾਨ ਟਰਮੀਨਲ 3 ਤੇ ਉਡਾਨਾਂ ਘੱਟ ਕੀਤੀਆਂ ਜਾਣ ਜੋ ਉਹਨਾਂ ਨੂੰ ਹੋਰ ਨਾਲ ਦੋ ਟਰਮੀਨਲਾਂ ਤੇ ਤਬਦੀਲ ਕੀਤਾ ਜਾਵੇ ਅਤੇ ਸਾਰੇ ਚੈੱਕ-ਇਨ ਅਤੇ ਬੈਗੇਜ ਡ੍ਰੌਪ ਕਾਊਂਟਰਾਂ ਤੇ ਲੋੜੀਂਦਾ ਸਟਾਫ ਤਾਇਨਾਤ ਕੀਤਾ ਜਾਵੇ। ਮંત્રી ਨੇ ਕਿਹਾ ਕਿ ਵਾਹਨਾਂ ਦੀ ਭੀੜ ਘੱਟ ਕਰਨ ਲਈ ਵਾਧੂ ਟ੍ਰੈਫਿਕ ਮਾਰਸ਼ਲ ਤਾਇਨਾਤ ਕੀਤੇ ਜਾਣ ਅਤੇ ਐਂਟਰੀ 게ਟਾਂ ਤੇ ਇੰਤਜ਼ਾਰ ਸਮੇਂ ਬਾਰੇ ਡਿਸਪਲੇ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਇੱਕ ਪੱਤਰਕਾਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਅਤਵਾਦ ਖਿਲਾਫ ਸਖਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਅਤਵਾਦ ਦੇ ਖਿਲਾਫ ਮੋਦੀ ਸਰਕਾਰ ਵੱਲੋਂ ਇੱਕ ਫੈਸਲਾਕੁਨ ਕਾਨੂੰਨ ਲਿਆਂਦਾ ਗਿਆ ਹੈ। उन्होंने कहा कि प्रधानमंत्री मोदी ने अतवाद मुकाबला करने लाई दुनिया ने एकजुट होने का सुनेहा मुकाबला करने के लिए निर्णायक नीतियां हम लाए हैं और अगर मैं ये कहूँ एक के बाद दूसरा कानून लाकर भारत में आतंकवाद की कमर तोड़ने के लिए कानूनी प्रक्रिया को नीतियों को बनाने में भारत सरकार ने कहीं कोई कमी नहीं छोड़ी दुनिया भर के मंच पर अंतरराष्ट्रीय कॉन्फ्रेंस में प्रधानमंत्री नरेंद्र मोदी जी ने लगातार आतंकवाद के खिलाफ दुनिया को एकजुट होने का लगातार आग्रह किया है अनुराग ठाकुर ने कहा कि तिवान मसले से रक्षा मंत्री राजनाथ सिंह ने संसद अपना जवाब दे दिता है ਉਨਾ ਕਹਿਆ ਕਿ ਕਾਂਗਰਸ ਸਾਡੀ ਹੀ ਸੈਨਾ ਤੇ ਸਵਾਲ ਉਠਾ ਰਹੀ ਹੈ ਕੇਂਦਰੀ ਮੰਤਰੀ ਨੇ ਕਾਂਗਰਸ ਦੇ ਨਿਸ਼ਾਨਾਸਤ ਤਿਆ ਕਿਹਾ ਕਿ ਕਾਂਗਰਸ ਨੇ ਸਾਡੀ ਫੌਜ ਲਈ ਇੱਕ ਵੀ ਬੁਲੇਟ ਪ੍ਰੂਫ ਜੈਕਟ ਨਹੀਂ ਖਰੀਦੀ ਸੀ ਉਹਨਾਂ ਕਿਹਾ ਕਿ ਅਸੀਂ ਆਪਣੀ ਸੈਨਾ ਨੂੰ ਮਜ਼ਬੂਤ ਕੀਤਾ ਤੇ ਉਹਨਾਂ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਹੈ ਕੇਂਦਰੀ ਪਰਸਨਲ ਚੰਨ ਸ਼ਿਕਾਇਤਾਂ ਤੇ ਪੈਨਸ਼ਨ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸੁਸ਼ਾਸਨ ਹਫਤਾ 2022 ਦੀ ਸ਼ੁਰੂਆਤ ਕੀਤੀ। ਕੇਂਦਰੀ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਦਿਨ ਮਨਾਉਣ ਲਈ 5 ਦਿਨ ਦੇ ਪ੍ਰਸ਼ਾਸਨ ਗਾਉਂ ਕੀ ਔਰ ਵਿਸ਼ੇਤਿ ਰਾਸ਼ਟਰੀ ਵਿਆਪੀ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ। ਮੁਹਿੰਮ ਦੇ ਤਹਿਤ ਆਨਲਾਈਨ ਸੇਵਾਵਾਂ ਬਾਰੇ ਜਾਣਕਾਰੀ ਦੇ ਲਈ ਦੇਸ਼ ਭਰ ਦੇ ਜ਼ਿਲ੍ਹਾ ਕਲੈਕਟਰਾਂ ਵੱਲੋਂ ਚੁਣੀਆਂ ਗਈਆਂ ਲਗਭਗ 3120 ਨਵੀਆਂ ਸੇਵਾਵਾਂ ਨੂੰ ਜੋੜਿਆ ਜਾਵੇਗਾ। ਸੂਚਾਸ਼ਨ ਹਫਤਾ ਦੂਜਾ ਬਾਈ ਦੇ ਸ਼ੁਰੂਆਤੀ ਪੜਾਅ ਦੇ ਦੌਰਾਨ ਸਿਰਫ ਜ਼ਿਲ੍ਹਾ ਕਲੈਕਟਰਾ ਨੇ ਵੰਡ ਲਈ 81,27,943 ਅਰਜ਼ੀਆਂ ਦੀ ਪਛਾਣ ਕੀਤੀ ਹੈ ਇਸ ਦੇ ਨਾਲ ਹੀ ਰਾਸ਼ਟਰੀ ਸ਼ਿਕਾਇਤ 포ਰਟਲਾਂ ਤੇ 19,48,122 ਲੋਕ ਸ਼ਿਕਾਇਤਾ ਨੂੰ ਹੱਲ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੇ ਸਕੱਤਰ ਵੀ ਸ਼੍ਰੀ ਨਿਵਾਸ ਨੇ ਦੱਸਿਆ ਕਿ 23 ਦਸੰਬਰ ਨੂੰ ਜ਼ਿਲ੍ਹਾ ਪਧਰੀ ਕਾਰਸ਼ਾਲਾਵਾਂ ਵਿੱਚ ਚਰਚਾ ਲਈ 373 ਪ੍ਰਮੁੱਖ ਸੁਸ਼ਾਸਨ ਪ੍ਰਥਾਵਾਂ ਦੀ ਪਛਾਣ ਕੀਤੀ ਗਈ ਹੈ ਉਨਾ ਕਿਹਾ ਕਿ ਸੁਸ਼ਾਸਨ ਹਫਤਾ 2022 ਦੌਰਾਨ ਲੋਕ ਸ਼ਿਕਾਇਤਾਂ ਵਿੱਚ ਸਫਲਤਾ ਦੀਆਂ 43 ਕਹਾਣੀਆਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ। ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਨੇ ਕਿਹਾ ਕਿ ਕਿਸੇ ਨੂੰ ਵੀ ਸਾਡੇ ਜਵਾਨਾਂ ਦੀ ਸਿੱਧੇ ਜਾ ਸਿੱਧੇ ਤੌਰ ਤੇ ਆਲੋਚਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਦੇਸ਼ ਦੀ ਰਾਖੀ ਲਈ ਸਮੁੰਦਰ ਤੋਂ 30000 ਫੁੱਟ ਦੀ ਉਚਾਈ ਤੇ ਖੜੇ ਨੇ। ਆਪਣੇ ਜਵਾਨਾਂ ਦਾ ਹਮੇਸ਼ਾ ਆਦਰ ਤੇ ਸਨਮਾਨ ਕਰਨਾ ਚਾਹੀਦਾ ਹੈ ਲੋਕ ਸਭਾ ਵਿੱਚ ਰਾਜ ਵਿਦੇਸ਼ ਮੰਤਰੀ ਸਮੁੰਦਰੀ ਗੁਲਾਮੀ ਰੋਕਥਾਮ ਬਿਲ 2019 ਤੇ ਚਰਚਾ ਦਾ ਜਵਾਬ ਦੇ ਰਹੇ ਸਨ ਚੀਨ ਦੇ ਮੁੱਦੇ ਤੇ ਵਿਰੋਧੀ ਧਿਰ ਦੀ ਆਲੋਚਨਾ ਨੂੰ ਖਾਰਿਜ ਕਰ ਦਿਓ ਨਾ ਕਿਹਾ ਕਿ ਸਰਕਾਰ ਤੇ ਚੀਨ ਪ੍ਰਤੀ ਉਦਾਸੀਨ ਰਵੱਈਏ ਦਾ ਵਿਰੋਧੀ ਧਿਰ ਦਾ ਦੋਸ਼ ਸਹੀ ਨਹੀਂ ਹੈ ਜੇਕਰ ਅਜਿਹਾ ਹੁੰਦਾ ਏ ਤਾਂ ਸਰਕਾਰ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਸੈਨਾ ਨੂੰ ਸਰਹੱਦਾਂ ਤੇ ਕਿਉਂ ਭੇਜਦੀ 벨티 ਚਰਚਤ ਰਣ ਕਾਂਗਰਸ ਦੇ ਉੱਚ ਨੇਤਾ ਅਦੀਤ ਰੰਜਨ ਚਾਹਦਰੀ ਨੇ ਦੋਸ਼ ਲਗਾਇਆ ਸੀ ਕਿ ਚੀਨ ਪੂਰਨ ਯੁੱਧਕਲੀਨ ਕੂਟਨੀਤੀ ਅਪਣਾ ਰਿਹਾ ਹੈ ਦੱਖਣੀ ਚੀਨ ਸਮੁੰਦਰ ਅਤੇ ਹਿੰਦ ਮਹਾਸਾਗਰ ਵਿੱਚ ਚੀਨ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦਾ ਹੈ ਪਰ ਸਰਕਾਰ ਕੁਝ ਨਹੀਂ ਕਰ ਰਹੀ ਪਿਛਲੇ ਦਿਨੀ ਜਲੰਧਰ ਇੰਪਰੂਵਮੈਂਟ ਟਰਸਟ ਵੱਲੋਂ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਜਲੰਧਰ ਦੇ ਲਤੀਫਪੁਰਾ ਇਲਾਕੇ ਵਿੱਚ ਨਜਾਇਜ਼ ਕਬਜ਼ੀਆਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਗਈ ਇਥੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਕਾਨ ਅਤੇ ਦੁਕਾਨਾਂ ਨੂੰ ਢਾ ਦਿੱਤਾ ਗਿਆ। ਇਲਾਕੇ ਦੇ ਲੋਕਾਂ ਵੱਲੋਂ ਇਸ ਕਾਰਵਾਈ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਅਧਿ ਰਾਸ਼ਟਰੀ ਬੀਜੇਪੀ ਕਮੇਟੀ ਦੇ ਮੈਂਬਰ ਮਨਰੰਜਨ ਕਾਲਿਆ ਵੱਲੋਂ ਇਲਾਕੇ ਦੇ ਲੋਕਾਂ ਨਾਲ ਦੁੱਖ ਸਾਂਝਾ ਕਰਨ ਲਈ ਲਤੀਫਪੁਰਾ ਦਾ ਦੌਰਾ ਕੀਤਾ ਗਿਆ। ਕੇਂਦਰੀ ਮੰਤਰੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਦੇ ਮੁੜ ਵਸੇਬੇ ਲਈ ਸਰਕਾਰ ਨਾਲ ਵਿਚਾਰ ਕਰਨਗੇ। ਹਜ਼ਾਰ ਤੱਕ ਹੋਇਆ ਮੈਂ ਇਹ ਦੀ ਦਿੰਦਿਆ ਕਰਦਾ। ਔਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਇੱਥੇ ਦੁਬਾਰਾ ਵਸਾਵੇ ਜੇ ਜ਼ਮੀਨ ਚਾਈਕੁਆਇਰ ਕੀਤੀ ਪਹਿਲਾਂ ਸਰਕਾਰ ਦੇ ਪਾਸ ਆ ਇਹਨਾਂ ਨੂੰ ਮਕਾਨ ਟਾਣ ਦਾ ਕੋਈ ਲਾਭ ਨਹੀਂ ਦਿੱਤਾ ਬਿਲਕੁਲ ਗਲਤ ਕੀਤਾ ਮੈਂ ਬਰਜ਼ੋਰ ਦਿੰਦਿਆ ਕਰਦਾ ਔਰ ਪੰਜਾਬ ਸਰਕਾਰ ਨੂੰ ਕਾਹਾਂਗੇ ਦੇ ਪਾਸ ਸਰਕਾਰ ਦੀ ਗੱਲ ਕਰਾਂਗੇ ਪੰਜਾਬ ਦੇ ਖਨਨ ਤੇ ਭੂ ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਦੇ ਇਕੋ ਸਿਟੀ ਦੋ ਵਿਖੇ 2 ਲੱਖ ਮੀਟ੍ਰਿਕ ਟਨ ਸਮਰਥਾ ਵਾਲੇ ਰੇਤ ਅਤੇ ਬਜਰੀ ਦੇ ਪਹਿਲੇ ਸਰਕਾਰੀ ਵਿਕਰੀ ਕੇਂਦਰ ਦਾ ਉਦਘਾਟਨ ਕੀਤਾ ਇੱਥੇ ਰੇਤ ਅਤੇ ਬਜਰੀ ਦੀ ਕੀਮਤ 28 ਰੁਪਏ ਪ੍ਰਤੀ ਕਣ ਫੁੱਟ ਰੱਖੀ ਗਈ ਹੈ ਲੋਕਾਂ ਨੂੰ ਕਿਫਾਇਤੀ ਦਰਾਂ ਤੇ ਰੇਤ ਬਜਰੀ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਜਲਦੀ ਹੀ ਅਜਿਹਾ ਇੱਕ ਵਿਕਰੀ ਕੇਂਦਰ ਖੋਲ੍ਹਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਪਹਿਲ ਕਦਮੀ ਨਾਲ ਰੇਤ ਮਾਫੀਆ ਨੂੰ ਨਾਤ ਪਾਉਣ ਵਿੱਚ ਵੱਡੀ ਮਦਦ ਮਿਲੇਗੀ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਾਈਨਿੰਗ ਗਤੀਵਿਧੀਆਂ ਤੇ ਹਾਈ ਕੋਰਟ ਵੱਲੋਂ ਲਗਾਈ ਪਾਬੰਦੀ ਤੋਂ ਰਾਹਤ ਮਿਲਣ ਉਪਰੰਤ ਕੀਮਤਾ 15 ਜਾਂ 16 ਰੁਪਏ ਪ੍ਰਤੀ ਕਨਫੂਟ ਤੱਕ ਠੇਹਾ ਆਉਣ ਦੀ ਸੰਭਾਵਨਾ ਹੈ ਪੰਜਾਬ ਸਰਕਾਰ ਨੇ ਜਲੰਧ ਨਗਰ ਨਿਗਮ ਦੀ ਠੋਸ ਰੈਨ ਖੁਦ ਦੇ ਨਿਪਟਾਰਾ ਅਤੇ ਹੋਰ ਵਿਕਾਸ ਕਾਰਜਾਂ ਲਈ ਤਕਰੀਬਨ 2.7 ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਹੈ। ਚੰਡੀਗੜ੍ਹ ਤੋਂ جاری ਕੀ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਵਿਭਾਗ ਵੱਲੋਂ ਮਿਊਨਿਸਪਲ ਠੋਸ ਰੈਨ ਖੁਦ ਚੁੱਕਣ ਲਈ 6 ਟਿਪਪਰ ਅਤੇ 2 ਜੀਸੀਬੀ ਕਿਰਾਏ ਤੇ ਲਈ ਜਾਣਗੇ। ਇਹ ਵਾਹਨ ਜੀਪੀਐਸ ਸਿਸਟਮ ਨਾਲ ਲੈਸ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ 2.5 ਕਰੋੜ ਰੁਪਏ ਖਰਚੇ ਜਾਣਗੇ। ਮੰਤਰੀ ਨੇ ਦੱਸਿਆ ਕਿ ਜਲੰਧ ਦੇ ਪੱਛਮੀ ਹਲਕੇ ਵਿਖੇ ਵਾਪਕ ਪੇਂਟ ਅਤੇ ਮੁਰੰਮਤ ਦੇ ਕੰਮ ਤੇ 17 ਲੱਖ ਰੁਪਏ ਖਰਚ ਕਰਨ ਦੀ ਵੀ ਯ ਪੰਜਾਬ ਪੁਲਿਸ ਨੇ ਪਿਛਲੇ ਹਫਤੇ ਰਾਜਪਰ ਵਿੱਚ ਐਨਡੀਪੀਐਸ ਐਕਟ ਤਹਿਤ 192 ਐਫਆਈਆਰ ਦਰਜ ਕਰਕੇ 271 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ 26 ਵਪਾਰਕ ਮਾਮਲੇ ਸ਼ਾਮਲ ਨੇ। ਪੰਜਾਬ ਪੁਲਿਸ ਦੇ ਆਈਜੀ ਹੈੱਡਕੁਆਰਟਰ ਸੁਖਚੰਦ ਸਿੰਘ ਗਿੱਲ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਤੋਂ 10 ਕਿਲੋ ਹੈਰੋਇਨ, 13.5 ਕਿਲੋ ਅਫੀਮ ਅਤੇ ਕੁਝ ਹੋਰ ਨਸ਼ੀਲੇ ਪਦਾਰਥ ਅਤੇ 17.8 ਕਿਲੋ ਦੀ ਡਰੱਗ ਮਨੀ ਬਰਾਮਦ ਕੀਤੀ। ਉਨਾ ਦੱਸਿਆ ਕਿ 5 ਜੁਲਾਈ 2022 ਨੂੰ ਪੀਓਜ਼ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਦੇ ਚੱਲਦਿਆਂ ਪਿਛਲੇ ਹਫ਼ਤੇ ਦੌਰਾਨ ਐਨਡੀਪੀਐਸ ਕੇਸਾਂ ਵਿੱਚ 11 ਹੋਰ ਪਗੌੜੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਨਾਲ ਗ੍ਰਿਫਤਾਰੀਆਂ ਦੀ ਗਿਣਤੀ 573 ਹੋ ਗਈ ਹੈ। ਜਲੰਧਰ ਸਿਟੀਜ਼ਨ ਕੌਂਸਲ ਵੱਲੋਂ ਜਲੰਧਰ ਸਮੇਤ ਪੰਜਾਬ ਦੀਆਂ ਨਗਰ ਨਿਗਮ ਦੀਆਂ 2023 ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਇੱਕ ਸਾਰਤਾ ਤੇ ਤਾਂਦਲੀ ਰੈਤ ਵਾਰਡਬੰਦੀ ਕਰਨ ਲਈ ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਕੌਂਸਲ ਦੇ ਪ੍ਰਧਾਨ ਕੁਲਪੂਸ਼ਨਿਕ ਪ੍ਰੈਸ ਪਿਆਨ ਵਿੱਚ ਕਿਹਾ ਕਿ 2017 ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਵਾਰਡਬੰਦੀ ਕਰਨ ਵਿੱਚ ਬਹੁਤ ਤਾਂਦਲੀਆਂ ਹੋਣ ਦੀਆਂ ਖਬਰਾਂ ਮਿਲੀਆਂ ਸਨ ਉਹਨਾਂ ਕਿਹਾ ਕਿ ਉਸ ਸਮੇਂ ਜਲੰਧਰ ਲੁਧਿਆਣਾ ਤੇ ਅਮ੍ਰਿਤਸਰ ਵਿੱਚ ਕਾਫੀ ਰੌਲਾ ਰੱਪਾ ਪਿਆ ਸੀ ਤੇ ਲੋਕਾਂ ਵਿੱਚ ਸਮੁੱਦੇ ਨੂੰ ਲੈ ਕੇ ਕਾਫੀ ਰੂਸ ਪੈਦਾ ਹੋਇਆ ਸੀ ਉਹਨਾਂ ਕਿਹਾ ਸੁਖਾਵੀ ਸਥਿਤੀ ਤੋਂ ਬਚਣ ਲਈ ਯੋਗ ਕਾਰਵਾਈ ਕਰਕੇ ਚੋਣਾਂ ਦੇ ਨੋਟੀਫਿਕੇਸ਼ਨ ਤੋਂ ਪਹਿਲਾਂ ਨੁਕਸ ਰਹਿਤ ਵਾੜਬੰਦੀ ਦੀ ਪ੍ਰਕਿਰਿਆ ਪੂਰੀ ਕਰਨ ਦੀ ਮੰਗ ਕੀਤੀ ਹੈ। ਰੋਪੜ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਪੱਠਾਸਾਹਿ ਵਿਖੇ ਗੁਰਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਅੱਜ ਸਮਾਪਤ ਹੋ ਗਿਆ। ਇਸ ਸ਼ਹੀਦੀ ਜੋੜ ਮੇਲੇ ਦੀ ਤੀਜੀ ਤੇ ਅੰਤਿਮ ਦਿਨ ਸ਼੍ਰੀ ਖਾਨਪੁਰ ਸਾਹਿਬ ਜੀ ਦੇ ਪੋਗ ਪਾਈ ਗਏ ਅਤੇ ਗੁਰਮਤ ਸਮਾਗਮ ਕਰਵਾਇਆ ਗਿਆ। ਇਸ ਰਣਦੇਸ਼ ਵਿਦੇਸ਼ ਤੋਂ ਪੁਜੀਆਂ ਹਜ਼ਾਰਾਂ ਸੰਗਤਾਂ ਨੇ ਸ਼ਹੀਦੀ ਜੋੜ ਮੇਲੇ ਦੇ ਤਿੰਨੋ ਦਿਨ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵੱਖ-ਵੱਖ ਤਾਰਮਿਕ ਸਮਾਗਮ ਕਰਵਾਏ ਗਏ ਤੇ ਤਾਰਮਿਕ ਦੀਵਾਨ ਵੀ ਸਜਾਈ ਗਏ। ਜ਼ਿਕਰਯੋਗ ਹੈ ਕਿ ਗੁਰਦੁਆਰਾ ਪੱਠਾ ਸਾਹਿਬ ਤੋਂ ਬਾਅਦ ਇਹ ਸ਼ਹੀਦੀ ਜੋੜ ਮੇਲਾ ਰੋਪੜ ਜ਼ਿਲ੍ਹੇ ਦੇ ਪਿੰਡ ਬਾਮੜ ਮਾਜੜਾ ਵਿਖੇ ਇੱਕ ਦਿਨ ਲਈ ਮਨਾਇਆ ਜਾਵੇਗਾ ਤੇ ਉਸ ਤੋਂ ਬਾਅਦ ਸ਼ਿ ਚਮਕੌਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ 21, 22 ਅਤੇ 23 ਦਸੰਬਰ ਨੂੰ ਇਹ ਜੋੜ ਮੇਲਾ ਪਰੇਗਾ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੇਲੋ ਇੰਡੀਆ ਟੂਰਨਾਮੈਂਟ ਵਿੱਚ ਮਹਿਲਾ ਟਰੈਕ ਸਾਈਕਲਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼ ਦੇ 4 ਜ਼ੋਨਾਂ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਮੰਤਰਾਲਾ ਨੇ 1 ਕਰੋੜ 15 ਲੱਖ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਉੱਤਰੀ ਜ਼ੋਨ ਅਮ੍ਰਿਤਸਰ ਦੇ ਪੈਲੀ ਗੇਟ ਦੀ ਮੇਜ਼ਬਾਨੀ ਪਟਿਆਲਾ ਦਾ ਨੈਸ਼ਨਲ ਇੰਸਟੀਚਿਊਟ ਆਫ ਸਕੂਲ ਕਰੇਗਾ। ਇਹ ਮੁਕਾਬਲਾ ਇੰਸਟੀਚਿਊਟ ਦੇ ਕੈਂਪਸ ਅੰਦਰ ਸਾਈਕਲਿੰਗ ਬੈਲਡਰੋਨ ਵਿੱਚ 21 ਦਸੰਬਰ ਨੂੰ ਹੋਵੇਗਾ। ਇਸ ਤੋਂ ਬਾਅਦ ਉੱਤਰੀ ਜ਼ੋਨ ਦੇ ਅਗਲੇ ਮੁਕਾਬਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਗੁਰਨਾਨ ਦੇਵ ਯੂਨੀਵਰਸਿਟੀ ਕੈਂਪਸ ਵਿੱਚ 28 ਤੇ 29 ਦਸੰਬਰ ਨੂੰ ਹੋਣਗੇ ਇਸੇ ਤਰ੍ਹਾਂ ਦੱਖਣੀ ਜ਼ੋਨ ਦੇ ਪਹਿਲੇ ਪ੍ਰਾਦ ਮੁਕਾਬਲਾ ਤਿਰਵਿੰਦਰ ਵਿੱਚ 26 ਤੇ 27 ਦਸੰਬਰ ਨੂੰ ਹੋਵੇਗਾ ਜਦਕੀ ਖੇਲੋ ਇੰਡੀਆ სპੋਰਟਸ ਫਾਰ ਔਮਨ ਕੰਪੋਨੈਂਟ ਤਹਿਤ ਇਸ ਸਾਲ ਹੋਣ ਵਾਲੇ ਰੋਡ ਸਾਈਕਲਿੰਗ ਮੁਕਾਬਲੇ ਬੀਕਾਨੇਰ ਵਿੱਚ 24 ਤੇ 25 ਦਸੰਬਰ ਨੂੰ ਅਤੇ ਤਿਰਵਿੰਦਰਮ ਦੇ ਸ਼ਹਿਰ ਪਾਲੋਦੀ ਵਿੱਚ 29 ਅਤੇ 30 ਦਸੰਬਰ ਨੂੰ ਆਯੋਜਿਤ ਕਰਵਾਈ ਜਾਣਗੇ ਖਬਰਾਂ ਤੇ ਬੁਲੇਟਿਨ ਸਾਹੇਦਸ਼ ਕਰੀਨ ਯੂ ਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ ਦੇਸ ਦੀ ਨਾਲੀ ਖਬਰਾਂ ਦਾ ਬਲੈਟਨ ਖਤਮ ਹੋਇਆ ਇਸ ਰਾਸਤੀ ਨੂੰ ਨਮਸਕਾਰ